ਵੱਖ-ਵੱਖ ਪਾਰਟੀਆਂ ਜਿਹੜੀਆਂ ਉਹ ਲੱਡੂ ਵੰਡ ਕੇ ਜਿਹੜੀ ਖੁਸ਼ੀ ਮਨਾ ਰੀਆਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਇਹਨੂੰ ਬਾਲਾ ਵਧੀਆ ਚੰਗਾ ਨਹੀਂ ਸਮਝਦਾ ਦੇਖੋ ਇਹ ਜੇ ਬੱਚੇ ਸਾਡੇ ਘਰਾਂ ਦੇ ਘਰ ਉਜੜ ਗਏ ਇਸ ਅੰਦੋਲਨ ਦੇ ਵਿੱਚ ਜੇ ਅਸੀਂ ਇੱਥੇ ਲੱਡੂ ਵੰਡਦੇ ਆ ਮੈਂ ਨਹੀਂ ਸਮਝਦਾ ਵੀ ਇਹਨੂੰ ਕੋਈ ਅਸੀਂ ਸਾਡੀ ਇਹ ਬਾਲੀ ਵੱਡੀ ਕੋਈ ਇਹ ਬਾਲੀ ਸਮਝਦਾਰੀ ਹੈ ਕਿਉਂਕਿ ਸਾਡੇ ਬੱਚੇ ਨੇ ਜੋ ਉਹ ਵਿੱਚ ਬਹੁਤ ਸ਼ਹੀਦ ਹੋਏ ਨੇ ਸਾਨੂੰ ਆਪਣੇਆਂ ਦੀਆਂ ਲਾਸ਼ਾਂ ਦੇ ਉੱਪਰ ਲੱਡੂ ਬੰਨਣਾ ਇੱਕ ਸ਼ੋਭਾ ਨਹੀਂ ਦਿੰਦਾ। ਇਹ ਕਾਨੂੰਨ ਲੈ ਕੇ ਆਏ ਤਾਂ ਸਾਡੇ ਬੱਚੇ ਸ਼ਹੀਦ ਹੋਏ ਸਾਡੇ ਪਰਿਵਾਰ ਉਜੜੇ ਫਿਰ ਅਸੀਂ ਉਹਨਾਂ ਤੇ ਰਾਜਨੀਤੀ ਕਰਦੇ ਆਂ ਇੱਕ ਲੱਡੂਆਂ ਦੀ ਉਹ ਇੱਕ ਸ਼ੋਭਾ ਨਹੀਂ ਦਿੰਦਾ। ਕੀ ਲੱਗਦਾ ਵੀ ਜਿਹੜਾ ਹੁਣ ਐਲਾਨ ਕਰਦੇ ਆ ਰੱਦ ਵੀ ਹੋ ਜਾਂਦੇ ਆ ਕਿਸਾਨ ਖੁਸ਼ ਵੀ ਹੁੰਦੇ ਆ ਜਦ ਪਬਲਿਕ ਖੁਸ਼ ਹੁੰਦੀ ਆ ਪਰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜੇ 117 ਸੀਟਾਂ ਤੇ ਬੀਜੇਪੀ ਲੜਦੀ ਐ ਤਾਂ ਮਤਲਬ ਕੀ ਲੱਗਦਾ ਵੀ ਲੋਕ ਵੋਟ ਪਾਉਣਗੇ ਦੇਖੋ ਭਾਜੀਪੀ ਦਾ ਚੋਣ ਮੈਦਾਨ ਦੇ ਵਿੱਚ ਉਤਰਨਾ ਚਲੋ ਆਪਦੇ ਕੈਂਡੀਡੇਟ ਠੀਕ ਹੈ ਵੀ ਉਹ ਐਲਾਨ ਕਰੂਗੀ ਪਰ ਜਿੱਤ ਵਾਲੇ ਪਾਸੇ ਨੂੰ ਕਿਹੜੇ ਹਿਸਾਬ ਨਾਲ ਜਾਓ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫੁੱਲ ਆਫ ਪੋਜ਼ਿਟਿਵਿਟੀ ਤੇ ਮੈਂ ਪਰਮਦੀ ਪ੍ਰਾਣਾ ਅੱਜ ਵਿਸ਼ੇਸ਼ ਮੁੱਦੇ ਦੇ ਵਿੱਚ ਗੱਲਬਾਤ ਕਰਾਂਗੇ ਖੇਤੀ ਕਾਨੂੰਨ ਰੱਦ ਕਰਨ ਦਾ ਜੋ ਐਲਾਨ ਕਰ ਦਿੱਤਾ ਗਿਆ ਹੈ ਨਰਿੰਦਰ ਮੋਦੀ ਜੀ ਲਾਈਵ ਹੁੰਦੇ ਨੇ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕਰ ਦਿੰਦੇ ਨੇ ਵੀ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾਣਗੇ ਸੈਸ਼ਨ ਬੁਲਾ ਕੇ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਰੱਦ ਕੀਤਾ ਜਾਊਗਾ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਬਰੂਹਾਂ ਤੇ ਚੱਲ ਰਿਹਾ ਸੀ ਅੱਜ ਉਹਦੀ ਜਿੱਤ ਹੋਈ ਹੈ ਇੱਕ ਵਕ ਵਕ ਪਾਰਟੀਆਂ ਦੇ ਆਗੂਆਂ ਵੱਲੋਂ ਜੋ ਬਿਆਨ ਸਾਹਮਣੇ ਆ ਰਹੇ ਨੇ ਗੱਲਬਾਤ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਕਰਾਂਗੇ ਸਾਡੇ ਨਾਲ ਮੌਜੂਦ ਨੇ ਜਸਪਾਲ ਸਿੰਘ ਜੀ ਗੁੜੱਦੀ ਸੀਨੀਅਰ ਉਮੀਦਵਾਰ ਪ੍ਰਧਾਨ ਯੂਥ ਅਕਾਲੀ ਦਲ ਤੋਂ ਪਹਿਲਾਂ ਤਾਂ ਸასი ਗੱਲ ਜੀ ਤੁਹਾਡੀ ਸਿੱਕਾਲ ਬਾਈ ਜੀ ਗੱਲ ਕਰੀਏ ਖੇਤੀ ਕਾਨੂੰਨ ਰੱਦ ਕਰਨ ਦੀ ਸਰਕਾਰ ਨੇ ਜਿਹੜਾ ਐਲਾਨ ਕੀਤਾ ਹੈ ਕੀ ਲੱਗਦਾ ਵੀ ਇਸ ਦੇ ਪਿੱਛੇ ਕੀ ਦਬਾਅ ਹੈ ਜਾਂ ਚੋਣਵੀ ਸਟੰਟ ਹੈ ਕੀ ਚੀਜ਼ ਹੈ ਦੇਖੋ ਰਾਣਾ ਜੀ ਜੋ ਦਬਾਅ ਦੀ ਗੱਲ ਹੈ ਇਹ ਬਿਲਕੁਲ ਇੱਕ ਸੱਚ ਹੈ ਵੀ ਜੋ ਪਿਛਲੇ ਇੱਕ ਸਾਲ ਤੋਂ ਸਾਡੀਆਂ ਜਥੇਬੰਦੀਆਂ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬਾਰਡਰਾਂ ਦੇ ਉੱਪਰ ਬੈਠੀਆਂ ਨੇ ਹਰਿਆਣਾ ਚੋਂ ਪੰਜਾਬ ਚੋਂ ਹਮਾ ਬਾਕੀ ਯੂਪੀ ਚੋਂ ਬਕਬਕ ਸਟੇਟਾਂ ਦੇ ਜੋ ਉੱਤੇ ਇੱਕ ਵੱਡਾ ਰੋਲ ਅਦਾ ਕੀਤਾ ਇਸ ਅंदोलਨ ਨੇ ਉਹਦਾ ਇੱਕ ਦਬਾਅ ਅਸੀਂ ਕਹਿ ਸਕਦੇ ਹਾਂ ਵੀ ਉਹਦਾ ਇੱਕ ਦਬਾਅ ਹੈ ਪਰ ਅਸੀਂ ਪ੍ਰਧਾਨ ਮੰਤਰੀ ਜੀ ਦਾ ਸਵਾਗਤ ਵੀ ਕਰਦੇ ਹਾਂ ਚਲੋ ਦੇਰ ਆਏ ਦਰਸਤ ਆਏ ਵੀ ਉਹਨਾਂ ਨੇ ਇੱਕ ਐਲਾਨ ਕੀਤਾ ਹੈ ਵੀ ਜੋ ਇਹ ਤਿੰਨ ਕਾਲੇ ਕਾਨੂੰਨ ਨੇ ਇਹ ਰੱਦ ਕੀਤੇ ਜਾਣਗੇ ਪਰ ਨਾਲ-ਨਾਲ ਕਿਤੇ ਨਾ ਕਿਤੇ ਸ਼ੰਕਾ ਵੀ ਪੈਦਾ ਹੁੰਦਾ ਹੈ ਸ਼ੰਕਾ ਇਹ ਹੈ ਵੀ ਜੇ ਜੇਕਰ ਇਹ ਲਿਖਤੀ ਰੂਪ ਦੇ ਵਿੱਚ ਇਹ ਚੀਜ਼ ਹੋ ਜਾਵੇ ਫਿਰ ਹੀ ਅਸੀਂ ਇਹਨੂੰ ਮੰਨਾਂਗੇ ਵੀ ਇਹ ਲਿਖਤੀ ਰੂਪ ਦੇ ਵਿੱਚ ਇਹ ਜੋ ਕਾਲੇ ਕਾਨੂੰਨ ਨੇ ਇਹ ਰੱਦ ਹੋ ਚੁੱਕੇ ਨੇ ਕਿਉਂਕਿ ਇਹਦੇ ਉੱਪਰ ਬੜੀਆਂ ਹਜੇ ਗੱਲਾਂ ਨੇ ਜਿਹੜੀਆਂ ਉਹ ਬਾਕੀ ਪਈਆਂ ਨੇ ਉਹ ਗੱਲਾਂ ਅਸੀਂ ਉਦੋਂ ਹੀ ਸੱਚ ਮੰਨ ਸਕਦੇ ਹਾਂ ਜਦੋਂ ਸੈਸ਼ਨ ਬੁਲਾਇਆ ਜਾਊਗਾ ਸੈਸ਼ਨ ਦੇ ਵਿੱਚ ਇਹ ਕਾਲੇ ਕਾਨੂੰਨ ਨੇ ਜਿਵੇਂ ਜਿਵੇਂ ਇਹਨਾਂ ਨੇ ਪਾਸ ਕੀਤੇ ਨੇ ਉਸੇ ਪ੍ਰਕਿਰਿਆ ਦੇ ਨਾਲ ਇਹ ਰੱਦ ਹੋ ਜਾਂਦੇ ਨੇ ਫਿਰ ਅਸੀਂ ਇਹਨੂੰ ਮੰਨ ਸਕਦੇ ਹਾਂ ਵੀ ਇਹ ਰੱਦ ਹੋਏ ਨੇ ਨਹੀਂ ਅਸੀਂ ਇੱਕ ਸ਼ੰਕਾ ਦੇ ਸਾਡੀ ਜੋ ਹੈ ਉਹ ਬਣੀ ਰਹੇਗੀ ਇਹਦੇ ਉੱਪਰ ਤੇ ਬਾਕੀ ਕਿਉਂ ਪਹਿਲਾਂ ਪਿਛਲੇ ਦੌਰ ਦੇ ਵਿੱਚ ਵੀ ਕਈ ਇਹੋ ਜਿਹੇ ਸਮਝੌਤੇ ਪ੍ਰਧਾਨ ਮੰਤਰੀਆਂ ਨਾਲ ਹੋਏ ਨੇ ਜੋ ਇੱਕ ਰਜੀਵ ਲੌਂਗੋਵਾਲ ਸਮਝੌਤਾ ਸੀ ਉਹ ਵੀ ਇੱਕ ਐਸਾ ਐਲਾਨ ਨਹੀਂ ਸੀ ਜੋ ਇੱਕ ਐਲਾਨ ਨਹੀਂ ਬਣ ਕੇ ਰਹਿ ਗਿਆ ਜੋ ਆਨੰਦਪੁਰ ਸਾਹਿਬ ਦਾ ਮਤਾ ਸੀ ਉਹ ਇੱਕ ਐਲਾਨ ਬਣ ਕੇ ਰਹਿ ਰਿਹਾ ਜਦ ਤੱਕ ਇਹ ਲਿਖਤੀ ਰੂਪ ਦੇ ਵਿੱਚ ਨਹੀਂ ਹੁੰਦਾ ਜਦ ਤੱਕ ਲਿਖਤੀ ਰੂਪ ਦੇ ਵਿੱਚ ਸਾਨੂੰ ਨਹੀਂ ਚੀਜ਼ਾਂ ਮਿਲ ਜਾਂ ਉਦੋਂ ਤੱਕ ਅਸੀਂ ਇਹ ਤੇ ਸ਼ੰਕਾ ਹੀ ਜਾਰ ਕਰ ਸਕਦੇ ਹਾਂ ਹੋਰ ਕੁਝ ਨਹੀਂ ਅੱਜ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਵੀ ਹਜੇ ਅਧੂਰੀ ਹੈ ਜਿੱਤ ਹਨਾ ਵੀ ਖੁਸ਼ੀ ਜਿਹੜੀ ਹੈ ਉਹ ਅਧੂਰੀ ਹੈ ਪਰ ਬਕੋਕ ਪਾਰਟੀਆਂ ਜਿਹੜੀਆਂ ਉਹ ਲੱਡੂ ਵੰਡ ਕੇ ਜਿਹੜੀ ਖੁਸ਼ੀ ਮਨਾ ਰਹੀਆਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਇਹਨੂੰ ਬਾਲਾ ਵਧੀਆ ਚੰਗਾ ਨਹੀਂ ਸਮਝਦਾ ਕਿਉਂਕਿ 700 ਸ਼ਹੀਦ ਹੋਗੇ ਸਾਡੇ ਜੋ ਕਿਸਾਨ ਨੇ ਉਹ 700 ਸ਼ਹੀਦ ਹੋਗੇ ਕੱਲੇ-ਕੱਲੇ ਪਰਿਵਾਰ ਦੇ ਮੁੰਡੇ ਕੱਲੇ-ਕੱਲੇ ਬੱਚੇ ਸੀ ਜੋ ਇੱਕ ਬੱਚਾ ਸੀਗਾ ਜੋ ਉਹ ਡਾਲੇ ਦੇ ਉੱਪਰ ਬੈਠਾ ਉਹ ਟਰਾਲੀ ਤੋਂ ਤਾਂ ਲੇਟਿਕਦਾ ਉਹਦਾ ਬੀਜਾ ਵੀ ਉਹਦਾ ਉਹਦੇ ਜੋ ਹੈਗਾ ਸੀ ਆਇਆ ਹੋਇਆ ਸੀ ਉਹਦੀ ਜੇਬ ਦੇ ਵਿੱਚ ਐ ਉਨੇ ਉਹਦੀ ਬਾਹਰ ਜਾਣਾ ਸੀ ਅਮਰੀਕਾ ਦੇ ਵਿੱਚ ਉਹਦੀ ਇੱਥੇ ਚੀਜ਼ੀ ਹੋ ਜਾਂਦੀ ਹੈ ਦੇਖੋ ਇਹ ਜੇ ਬੱਚੇ ਸਾਡੇ ਘਰਾਂ ਦੇ ਘਰ ਉੱਜੜ ਗਏ ਇਸ ਅंदोलਨ ਦੇ ਵਿੱਚ ਜੇ ਅਸੀਂ ਇੱਥੇ ਲੱਡੂ ਵੰਡਦੇ ਆ ਮੈਂ ਨਹੀਂ ਸਮਝਦਾ ਵੀ ਇਹਨੂੰ ਕੋਈ ਅਸੀਂ ਸਾਡੀ ਇਹ ਬਾਲੀ ਵੱਡੀ ਕੋਈ ਇਹ ਬਾਲੀ ਸਮਝਦਾਰੀ ਹੈ ਕਿਉਂਕਿ ਸਾਡਿਆਂ ਨੇ ਸਾਨੂੰ ਸਤਾਇਆ ਸਾਡਿਆਂ ਨੇ ਸਾਨੂੰ ਰਵਾਇਆ ਸਾਡਿਆਂ ਨੇ ਨਹੀਂ ਸਾਨੂੰ ਬਰਾਇਆ ਅਸੀਂ ਫਿਰ ਉਹ ਤੇ ਕਿਵੇਂ ਖੁਸ਼ੀ ਕੀ ਜ਼ाहिर ਕਰੀਏ ਸੋ ਕਿਸਾਨਾਂ ਦੀ ਏ ਇਹ ਵੱਡੀ ਜਿੱਤ ਹੈ ਅਸੀਂ ਮੰਨਦੇ ਹਾਂ ਉਸ ਨੂੰ ਕਿਸਾਨਾਂ ਦੀ ਵੱਡੀ ਜਿੱਤ ਹੈ ਵਕ ਵਕ ਸਾਡੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹਦੇ ਲਈ ਦੇਖੋ ਇੱਕ ਵੱਡਾ ਉਹਨਾਂ ਦਾ ਕਿੱਡਾ ਯੋਗਦਾਨ ਹੈ ਉਹਨਾਂ ਨੇ ਅਸਤੀਫਾ ਦਿੱਤਾ ਵਜ਼ੀਰੀ ਤੋਂ ਇੱਕ ਵਜ਼ੀਰੀ ਤੋਂ ਅਸਤੀਫਾ ਦਿੱਤਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸੀਂ ਉਹਨੂੰ ਵੀ ਇੱਕ ਇਹਨੂੰ ਇੱਕ ਕੁਰਬਾਨੀ ਦੇ ਤੌਰ ਤੇ ਨਹੀਂ ਸਮਝਦੇ ਅਸੀਂ ਅਸੀਂ ਉਹਨੂੰ ਵੀ ਸਮਝਦੇ ਹਾਂ ਵੀ ਉਹਨਾਂ ਦਾ ਵੀ ਇੱਕ ਫਰਜ਼ ਸੀ ਜੋ ਕਿਸਾਨਾਂ ਦੇ ਨਾਲ ਖੜੇ ਹੈ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇਹ ਸਮੇਂ-ਸਮੇਂ ਤੇ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਅਸੀਂ ਕਿਸਾਨੀ ਨਾਲ ਜੁੜੇ ਹੋਏ ਹਾਂ ਜੋਸ਼ ਸ਼੍ਰੋਮਣੀ ਅਕਾਲੀ ਦਲ ਦਾ ਜੋ ਵੀ ਵਰਕਰ ਹੈ ਜੋ ਵੀ ਅਹੁਦੇਦਾਰ ਹੈ ਉਹ ਵੀ ਇੱਕ ਇੱਕ ਛਾਨ ਹੈ ਅਸੀਂ ਸਮੇਂ-ਸਮੇਂ ਤੇ ਇਹਦੇ ਨਾਲ ਚੱਲਦੇ ਆਏ ਹਾਂ ਯੋਗਦਾਨ ਪਾਉਂਦੇ ਰਹੇ ਹਾਂ ਪਰ ਜੋ ਲੱਡੂ ਵੰਡਣ ਦੀ ਗੱਲ ਹੈ ਇਹ ਕੋਈ ਵਧੀਆ ਗੱਲ ਨਹੀਂ ਉਹ ਲੱਡੂ ਤਾਂ ਸਾਨੂੰ ਕਿਉਂਕਿ ਸਾਡੇ ਬੱਚੇ ਨੇ ਜੋ ਉਹ ਵਿੱਚ ਬਹੁਤ ਸ਼ਹੀਦ ਹੋਏ ਨੇ ਸਾਨੂੰ ਆਪਣੀਆਂ ਦੀਆਂ ਲਾਸ਼ਾਂ ਦੇ ਉੱਪਰ ਲੱਡੂ ਵੰਡਣਾ ਇੱਕ ਸ਼ੋਭਾ ਨਹੀਂ ਦੰਦਾ ਕਿਉਂਕਿ ਸਾਡਿਆਂ ਨੇ ਇੱਕ ਇੱਕ ਕੰਮ ਕਰਿਆ ਸੀਗਾ ਇਹਦੀ ਲੋੜ ਹੀ ਨਹੀਂ ਪੈਣੀ ਸੀ ਸਾਨੂੰ ਲੱਡੂ ਵੰਨਣ ਦੀ ਲੋੜ ਹੀ ਨਹੀਂ ਪੈਣੀ ਸੀ ਜੇਕਰ ਇਹ ਕਾਨੂੰਨ ਹੀ ਨਾ ਲੈ ਕੇ ਆਉਂਦੇ ਇਹ ਕਾਨੂੰਨ ਲੈ ਕੇ ਆਏ ਤਾਂ ਸਾਡੇ ਬੱਚੇ ਸ਼ਹੀਦ ਹੋਏ ਸਾਡੇ ਪਰਿਵਾਰ ਉਜੜੇ ਫਿਰ ਅਸੀਂ ਉਹਨਾਂ ਤੇ ਰਾਜਨੀਤੀ ਕਰਦੇ ਆਂ ਇੱਕ ਲੱਡੂਆਂ ਦੀ ਉਹ ਇੱਕ ਸ਼ੋਭਾ ਨਹੀਂ ਰਹਿੰਦਾ ਬਿਲਕੁਲ ਤੁਹਾਡੇ ਕਹਿਣ ਮੁਤਾਬਕ ਜਿਹੜੇ ਉਹ ਖੁਸ਼ੀ ਜਿਹੜੀ ਅਧੂਰੀ ਹੈ ਪਰ ਸ਼ਹੀਦੀਆਂ ਹੋਈਆਂ ਨੇ ਕੁਰਬਾਨੀਆਂ ਵੀ ਹੋਈਆਂ ਕਈ ਕਿਸਾਨ ਪਰਿਵਾਰ ਜਿਹੜੇ ਉਜੜ ਗਏ ਨੇ ਸਰਕਾਰ ਜਿਹੜੀ ਪੰਜਾਬ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਲਗਾਤਾਰ ਜਿਹੜੇ ਜਿਸ ਦਿਨ ਤੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ ਤੋਂ ਰੋਜ਼ਾਨਾ ਲਾਈਵ ਹੁੰਦੇ ਨੇ 99 اعلان 99 ਵਾਅਦੇ ਕਰਦੇ ਆ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਦੇਖੋ ਚੰਨੀ ਜੀ ਇੱਕ ਮੁੱਖ ਮੰਤਰੀ ਦੁਆਰਾ ਉਹ ਇਹਨਾਂ ਨੇ ਕਾਂਗਰਸ ਪਾਰਟੀ ਨੇ ਐਲਾਨੇ ਨੇ ਕਿਉਂਕਿ 2-3 ਮਹੀਨੇ ਰਹਿ ਗਏ ਉਹ ਆਪਣੇ ਆਪ ਨੂੰ ਇੱਕ ਮਾਡਲ ਮੁੱਖ ਮੰਤਰੀ ਸ਼ੋਅ ਕਰਨਾ ਚਾਹੁੰਦੇ ਨੇ ਪਰ ਉਹ ਮੈਨੂੰ ਲੱਗਦਾ ਵੀ ਜੇ ਜਿਹੜੀਆਂ ਗੱਲਾਂ ਚੰਨੀ ਸਾਹਿਬ ਕਰ ਰਹੇ ਨੇ ਜੇ ਕਿਤੇ ਯਕੀਨੀ ਕਰ ਲੈਣ ਨਾ ਯਕੀਨੀ ਬਣਾ ਲੈਣ ਤਾਂ ਬਹੁਤ ਵਧੀਆ ਹੋਊਗਾ ਕਿਉਂਕਿ ਚੰਨੀ ਸਾਹਿਬ ਕੱਲ ਲਾਈਵ ਹੋ ਕੇ ਕਹਿ ਰਹੇ ਸੀ ਵੀ ਵੀ ਪਾਰਟੀਆਂ ਨੇ ਜੀ ਬਕਵਕ ਪਾਰਟੀਆਂ ਦਾ ਇਹਦੇ ਵਿੱਚ ਉਹ ਮੋੜਾ ਦਿੱਤਾ ਇਹਨੂੰ ਕਾਨੂੰਨਾਂ ਨੂੰ ਐ ਕੀਤਾ ਸੋ ਮੈਂ ਸਮਝਦਾ ਵੀ ਸਭ ਤੋਂ ਵੱਡਾ ਰੋਲ ਕਾਂਗਰਸ ਦਾ ਇਸ ਦੇ ਵਿੱਚ ਰਿਹਾ ਜੇ ਕਾਂਗਰਸ ਇਸ ਨੂੰ ਸ਼ੁਰੂ ਤੋਂ ਹੀ ਇੱਕ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਹਿਆ ਸੀ ਵੀ ਇੱਕ ਮੰਡੀ ਐਲਾਨ ਦਿਓ ਇੱਕ ਮੰਡੀ ਉਹ ਐਲਾਨਨ ਦੇ ਜਿਵੇਂ ਅਰੇ ਰਾਜਸਥਾਨ ਦੇ ਵਿੱਚ ਹੋ ਰਿਹਾ ਸतीशਗੜ੍ਹ ਦੇ ਵਿੱਚ ਇਹ ਹੋਇਆ ਉਹਨਾਂ ਦੀ ਜੋ ਉਹਨਾਂ ਨੇ ਇੱਕ ਇਹ ਸੁਝਾਅ ਦਿੱਤਾ ਸੀ ਸतीशਗੜ੍ਹ ਨੇ ਲਾਗੂ ਕੀਤਾ ਸੋ ਸਾਨੂੰ ਸਾਨੂੰ ਲੋੜ ਹੀ ਨਹੀਂ ਪੈਣੀ ਸੀ ਪਹਿਲਾਂ ਹੀ ਸਾਡਾ ਪੰਜਾਬ ਇਸ ਦੇ ਉੱਪਰ ਹੱਕ ਦੇ ਉੱਪਰ ਆ ਜਾਂਦਾ ਸੋ ਮੈਂ ਕਹਿੰਦਾ ਵੀ ਜੋ ਚੰਨੀ ਸਾਹਿਬ ਫਿਰ ਚੰਨੀ ਸਾਹਿਬ ਨੂੰ ਦੇਖੋ ਇੱਕ ਲੜਾਈ ਮੈਂ ਕਿਸਾਨਾਂ ਨੂੰ ਕਹੂੰਗਾ ਸਾਡੇ ਜਿੰਨੇ ਜਥੇਬੰਦੀਆਂ ਨੇ 32 ਜਥੇਬੰਦੀਆਂ ਦੇ ਕਿਸਾਨਾਂ ਦੇ ਆਗੂਆਂ ਨੂੰ ਮੈਂ ਇੱਕ ਬੇਨਤੀ ਕਰੂੰਗਾ ਵੀ ਇੱਕ ਅंदोलਨ ਅਸੀਂ ਜਿੱਤੇ ਇੱਕ ਵੱਡਾ ਅंदोलਨ ਉਹ ਜਿੱਤ ਕੇ ਆਏ ਨੇ ਇੱਕ ਅंदोलਨ ਜਿਤਨਾ ਅਧੂਰਾ ਹੈ ਉਹ ਕਿਹੜਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਮਹਾਰਾਜ ਦੇ ਇੱਕ ਗੁਟਕਾ ਸਾਹਿਬ ਦੀ ਸੌ ਫੜ ਹੱਥ ਦੇ ਵਿੱਚ ਫੜ ਕੇ ਸੌ ਖਾਦੀ ਕਿ ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕਰੂੰਗਾ ਮੈਂ ਬੱਚਿਆਂ ਨੂੰ ਰੋਜ਼ਗਾਰ ਦੇਵਾਂਗਾ ਮੈਂ ਘਰ ਘਰ ਦੇ ਵਿੱਚ ਨੌਕਰੀ ਮੈਂ ਜੋ ਜੋ ਉਹਨਾਂ ਨੇ ਵਾਅਦੇ ਕੀਤੇ ਉਹ ਉਸ ਕਿਤੇ ਨਾ ਕਿਤੇ ਸਾਨੂੰ ਉਹ ਸਾਰੇ ਦੇ ਸਾਰੇ ਹੀ ਅਧੂਰੇ ਨੇ ਮੈਂ ਬੇਨਤੀ ਕਰੂੰਗਾ ਸਾਡੀਆਂ ਜਥੇਬੰਦੀਆਂ ਨੂੰ ਕਿਸਾਨ ਜਿੰਨੇ ਜਥੇ ਰਾਜੇਵਾਲ ਨੂੰ ਹੋਰ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਨੇ ਕਿ ਉਹ ਇੱਥੇ ਮੋਰਚਾ ਲਾਉਣ ਉਹ ਕਾਂਗਰਸ ਦਾ ਇਹ ਚੰਨੀ ਜੋ ਡਰਾਮੇ ਕਰ ਰਿਹਾ ਹੈ ਉਹ ਚੰਨੀ ਸਰਕਾਰ ਨੂੰ ਉਹਦੇ ਉਹਨੂੰ ਘੇਰਨਾ ਜੋ ਸਾਡਾ ਕਿਸਾਨੀ ਦੇ ਉਹਨਾਂ ਨੇ ਸੌ ਖਾਦੀ ਸੀ ਗੁਟਕਾ ਸਾਫ ਫੜ ਕੇ ਉਹ ਸਾਰੇ ਦੇ ਸਾਰਾ ਕਰਜ਼ਾ ਮਾਫ ਹੋਵੇ ਸਾਡੇ ਬੱਚੇ ਸੜਕਾਂ ਦੇ ਉੱਪਰ ਰੋਲਦੇ ਤੁਰੇ ਫਿਰਦੇ ਨੇ ਉਹਨਾਂ ਨੂੰ ਉਹ ਨੌਕਰੀਆਂ ਦੇਵੇ ਜੋ smartphone ਦੀ ਗੱਲ ਸੀ ਉਹ ਪੂਰੀ ਕਰੇ ਜੋ ਵਾਦੇ ਸੀ ਜੋ ਕਾਂਗਰਸ ਦੇ ਜੋ ਜਿੰਨੇ ਵਾਦੇ ਕੈਪਟਨ ਨੇ ਕਰਕੇ ਜੋ ਝੂਠ ਮਾਰ ਕੇ ਉਹ ਸਰਕਾਰ ਬਣਾਈ ਸੀ ਉਹ ਸਾਰਿਆਂ ਦੇ ਉੱਪਰ ਮੈਂ ਬੇਨਤੀ ਕਰੂੰਗਾ ਦੁਬਾਰਾ ਫੇਰ ਕਿਸਾਨਾਂ ਨੂੰ ਵੀ ਇਹ ਇੱਕ ਸਾਨੂੰ ਇੱਥੇ ਵੀ ਇੱਕ ਵੱਡਾ ਇਹ ਅੰਦੋਲਨ ਚਲਾਉਣਾ ਪਊਗਾ ਸੋ ਫੇਰ ਹੀ ਜਾ ਕੇ ਇਹ ਚੰਨੀ ਜੋ ਅੱਜ ਮਤਲਬ ਕਰ ਰਹੇ ਨੇ ਇੱਕ ਆਮ ਪ੍ਰਚਾਰ ਕਰ ਰਹੇ ਨੇ ਉਹ ਤੇ ਇਹ ਅਸਰ ਹੋਊਗਾ ਸੋ ਉਹ ਇੱਕ ਚੰਨੀ ਸਾਹਿਬ ਦਾ ਮਦਬਾਰੇ ਕਹਿਣਾ ਵੀ ਇੱਕ ਮਾਡਲ ਤੋਂ ਬਿਨਾ ਹੋਰ ਕੁਝ ਵੀ ਨਹੀਂ ਉਹ ਬਾਕੀ ਸਾਰੀਆਂ ਗੱਲਾਂ ਇੱਕ ਆਪਣੇ ਆਪ ਨੂੰ ਸਿੱਧ ਕਰਨ ਲਈ ਕਰ ਰਹੇ ਨੇ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਇੱਕ ਚਨਾਵੀ ਸਟੰਟ ਵੀ ਕਹਿ ਸਕਦੇ ਆ ਇਹਨੂੰ ਵੀ ਚੋਣਾ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਮੁੱਖ ਮੰਤਰੀ ਲਾਨਣ ਗਿਆ ਦੂਸਰੇ ਪਾਸੇ ਗੱਲ ਕੀਤੀ ਜਾਵੇ ਵੀ ਨਰਿੰਦਰ ਮੋਦੀ ਜੀ ਕਹਿੰਦੇ ਆ ਵੀ ਕਿਸਾਨਾਂ ਵਾਲੇ ਪੱਕੀ ਸੀ ਪਰ ਸਾਨੂੰ ਜਿਹੜਾ ਰੱਦ ਕਰਨੇ ਪੈ ਰਹੇ ਨੇ ਵੀ ਲੱਗਦਾ ਨਹੀਂ ਸੀ ਵੀ ਇਹ ਕੁਝ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ ਕਿਉਂਕਿ ਕਿਸਾਨਾਂ ਦੀਆਂ ਹਜੇ ਹੋਰ ਵੀ ਮੰਗਾਂ ਨੇ ਅੰਦੋਲਨ ਹਾਲੇ ਖਤਮ ਨਹੀਂ ਹੋਇਆ ਜਥੇਬੰਦੀਆਂ ਦੇ ਆਗੂ ਵੀ ਕਹਿੰਦੇ ਨੇ ਵੀ ਸਾਡੀਆਂ ਹੋਰ ਵੀ ਮੰਗਾਂ ਨੇ ਉਹਨਾਂ ਨੂੰ ਵੀ ਜਿਹੜਾ ਮਤਲਬ ਪ੍ਰਵਾਨ ਕਰਨਾ ਚਾਹੀਦਾ ਹੈ ਦੇਖੋ ਜੋ ਇਹ ਬਿੱਲ ਬਣੇ ਇੱਕ ਮਾੜੀ ਸੈਂਤ ਦੇ ਵਿੱਚ ਬਣੇ ਬਾਕੀ ਇਹ ਚੋਣ ਸਟੰਟ ਸੀ ਹੁਣ ਜਿਵੇਂ ਬਾਕੀ ਸਰਕਾਰਾਂ ਪੰਜਾਬ ਸਰਕਾਰ ਵੀ ਇਸ ਤੇ ਚੋਣ ਸਟੰਟ ਖੇਡ ਰਹੀ ਹੈ ਦਿੱਲੀ ਦੀ ਸਰਕਾਰ ਕੇਜਰੀਵਾਲ ਨੇ ਵੀ ਇਹਦੇ ਉੱਤੇ ਚੋਣ ਪ੍ਰਚਾਰ ਉਹ ਮਤਲਬ ਆਪਣਾ ਸਟੰਟ ਖੇਡਿਆ ਉਹਨੇ ਸੋ ਮੈਂ ਸਮਝਦਾ ਵੀ ਜੇ ਇਹ ਕਿਸਾਨ ਦੇ ਹੱਕ ਦੇ ਵਿੱਚ ਸੀਗੇ ਇਹ ਕਾਨੂੰਨ ਮੋਦੀ ਜੀ ਕਹਿੰਦੇ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਸੀ ਤਾਂ ਉਹਨਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਬੈਠ ਕੇ ਸਮਝਾ ਦੇਣਾ ਚਾਹੀਦਾ ਸੀ ਤਿੰਨ ਚਾਰ ਸਾਡੀਆਂ ਬੈਠਕਾਂ ਹੋਈਆਂ ਪੰਜ ਬੈਠਕਾਂ ਉਹਦੇ ਵਿੱਚ ਇਹ ਜੋ ਬੈਠਕ ਸੀ ਉਹ ਸਾਰੀ ਬੇਸ਼ਿੱਟਾ ਨਿਕਲੀ ਕਿਉਂਕਿ ਕਿਸਾਨ ਕਹਿੰਦੇ ਸੀ ਵੀ ਸਾਡੇ ਹੱਕ ਦੇ ਵਿੱਚ ਨਹੀਂ ਜੇਕਰ ਉਹ ਹੱਕ ਦੇ ਵਿੱਚ ਸਾਨੂੰ ਲੱਗਦਾ ਤਾਂ ਪਹਿਲੀਆਂ ਚ ਹੀ ਰੱਦ ਕਰ ਦੇਣੇ ਚਾਹੀਦੇ ਸੀ ਸੋ ਮੋਦੀ ਸਰਕਾਰ ਵੀ ਇੱਕ ਵੱਡੇ ਘਰਾਣਿਆਂ ਦੇ ਵਿੱਚ ਘਰੀ ਹੋਈ ਸੀ ਜੋ ਦਬਾਅ ਦੇ ਵਿੱਚ ਚੱਲ ਰਹੀ ਸੀ ਪਰ ਜੋ ਉਹਨਾਂ ਨੇ ਐਂਡ ਤੇ ਜਾ ਕੇ ਚਲੋ ਕੀਤਾ ਉਹ ਇੱਕ ਅਸੀਂ ਕਹਿੰਦੇ ਆ ਵੀ ਵਧੀਆ ਉਹਨਾਂ ਨੇ ਗੱਲ ਕੀਤੀ ਹੈ ਜੋ ਇਹਨੂੰ ਵਾਪਸ ਲੇਤਾ ਪਰ ਇਸ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਕਾਨੂੰਨ ਨਹੀਂ ਸੀ ਸਭ ਨੂੰ ਜਿੰਨੇ ਸਾਡੇ ਸ਼੍ਰੋਮਣੀ ਕਾਲੀਦਾਲ ਨੂੰ ਵੀ ਇੱਕ 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 ਜਿਵੇਂ ਆਪਾਂ ਕਹਿ ਦਈਏ ਵੀ ਭਲੇਖੇ ਦੇ ਵਿੱਚ ਰੱਖਿਆ ਗਿਆ ਹਰਸ਼ ਮਰਦਕੌਰ ਬਾਦਲ ਸਾਡੇ ਮਨਿਸਟਰ ਸੀਗੇ ਉਹਨਾਂ ਨੂੰ ਵੀ ਇੱਕ ਭਲੇਖੇ ਦੇ ਵਿੱਚ ਰੱਖਿਆ ਗਿਆ ਜਦੋਂ ਇਹਦੀ ਸਾਰੀ ਫਾਈਲ ਸਾਹਮਣੇ ਆਈ ਸਾਰਾ ਇਹਦਾ ਚਿੱਟਾ ਜੋ ਦੇਖਿਆ ਪੜਿਆ ਫਿਰ ਪਤਾ ਲੱਗਿਆ ਵੀ ਇਹ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਤੇ ਨਾਲ ਦੀ ਨਾਲ ਵੀ ਭਾਰਤ ਸਰਕਾਰ ਨੇ ਹਸਤੀਵਾ ਵੀ ਦਿੱਤਾ ਸੋ ਕਾਲੀ ਦਾਲ ਨੇ ਕਿਸਾਨਾਂ ਦੇ ਨਾਲ ਚੱਲਣ ਦਾ ਵਾਅਦਾ ਵੀ ਕੀਤਾ ਸੋ ਇਹ ਜੋ ਹੈਗੇ ਸੀਗੇ ਚੱਲੇ ਵੀ ਆ ਸੀ ਜੋ ਕਾਨੂੰਨ ਸੀ ਇਹ ਕਿਸਾਨੀ ਹੱਕ ਦੇ ਵਿੱਚ ਨਹੀਂ ਸੀ ਇਹ ਹੁਣ ਜੋ ਖੇਡ ਰਹੇ ਨੇ ਚੋਣ ਸਟੰਟ ਨੇ ਚੋਣ ਸਟੰਟ ਤੋਂ ਇਲਾਵਾ ਕੁਝ ਵੀ ਨਹੀਂ ਜਿਹੜੇ ਅੱਛਾ ਕੀ ਲੱਗਦਾ ਵੀ ਜਿਹੜਾ ਹੁਣ ਐਲਾਨ ਕਰਦੇ ਆ ਰੱਦ ਵੀ ਹੋ ਜਾਂਦੇ ਆ ਕਿਸਾਨ ਖੁਸ਼ ਵੀ ਹੁੰਦੇ ਆ ਜਦ ਪਬਲਿਕ ਖੁਸ਼ ਹੁੰਦੀ ਹੈ ਪਰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜੇ 117 ਸੀਟਾਂ ਤੇ ਬੀਜੇਪੀ ਲੜਦੀ ਹੈ ਤਾਂ ਮਤਲਬ ਕੀ ਲੱਗਦਾ ਵੀ ਲੋਕ ਵੋਟ ਪਾਉਣਗੇ ਦੇਖੋ ਬੀਜੇਪੀ ਦਾ ਚੋਣ ਮੈਦਾਨ ਦੇ ਵਿੱਚ ਉਤਰਨਾ ਚਲੋ ਆਪਦੇ ਕੈਂਡੀਡੇਟ ਠੀਕ ਹੈ ਵੀ ਉਹ ਐਲਾਨ ਕਰੂਗੀ ਪਰ ਜਿੱਤ ਵਾਲੇ ਪਾਸੇ ਨੂੰ ਕਿਹੜੇ ਹਿਸਾਬ ਨਾਲ ਜਾਓ ਕੱਲੇ-ਕੱਲੇ ਘਰ ਦੇ ਵਿੱਚ ਚੀਕਾਂ ਅੱਜ ਨਿਕਲ ਰਹੀਆਂ ਨੇ ਪਿੰਡਾਂ ਦੇ ਵਿੱਚ ਪਰਿਵਾਰਾਂ ਦੀਆਂ ਚੀਕਾਂ ਹਜੇ ਕੰਨਾਂ ਦੇ ਵਿੱਚ ਉਹ ਬੈਣ ਮਾਤਾ ਦੇ ਉਹ ਭੈਣਾਂ ਦੇ ਬੈਣ ਉਹ ਉਹ ਘਰ ਵਾਲੀਆਂ ਦੇ ਬੈਣ ਕੰਨਾਂ ਦੇ ਵਿੱਚ ਹਜੇ ਗੂੰਜਦੇ ਨੇ ਜਿਨ੍ਹਾਂ ਦਾ ਕੱਲਾ-ਕੱਲਾ ਬੱਚਾ ਕੱਲਾ-ਕੱਲਾ ਬੇਟਾ ਜਿਨ੍ਹਾਂ ਦਾ ਇਸ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਿਆ ਸੋ ਕਿਹੜੀ ਗੱਲ ਨਾਲ ਉਹ ਐਮਐਲਏ ਦੀ ਝਾਕ ਕਰ ਰਹੇ ਨੇ ਕਿਹੜੀ ਗੱਲ ਨਾਲ ਸਰਕਾਰ ਬਣਾਉਣ ਦੀ ਝਾਕ ਕਰ ਰਹੇ ਨੇ ਉਹ ਉਹਨਾਂ ਨੂੰ ਤਾਂ ਪੰਜਾਬ ਕਦੇ ਵੀ ਮਾਫ਼ ਨਹੀਂ ਕਰੂਗਾ ਭਾਜਪੀ ਨੂੰ ਪੰਜਾਬ ਕਦੇ ਵੀ ਮਾਫ਼ ਨਹੀਂ ਕਰੂਗਾ ਕਿਉਂਕਿ ਜੋ ਜਾਣਾਂ ਲੈਤੀਆਂ ਨੇ ਇਹ ਸਾਡੇ ਇਹਨਾਂ ਨੇ ਜਾਣ ਬੁਝ ਕੇ ਸਾਡੇ ਇੱਕ ਜੇ ਅਸੀਂ ਕਹਿ ਦਈਏ ਵੀ ਪਾਕਿਸਤਾਨ ਸੀ ਕੋਈ ਬਾਹਰ ਬਾਹਰਲਾ ਦੇਸ਼ ਸੀ ਉਹਨੂੰ ਅਸੀਂ ਕਹਿ ਦਿੰਨੇ ਆ ਵੀ ਯਾਰ ਚਲੋ ਬਗਾਨਾ ਸੀ ਜਾਂ ਸਾਡਿਆਂ ਨੇ ਸਾਡੀਆਂ ਜਾਣਾਂ ਲੈਤੀਆਂ ਨੇ ਅਸੀਂ ਫਿਰ ਉਹਨੂੰ ਕਿਵੇਂ ਮਾਫ ਕਰਦਾ ਇਹ ਭੁੱਲ ਜਾਣ ਵੀ ਇਹਨਾਂ ਨੂੰ ਚੋਣਾ ਦੇ ਵਿੱਚ ਕੋਈ ਇਹਦਾ ਬੈਨੀਫਿਟ ਮਿਲੂਗਾ ਇਹ ਪੰਜਾਬ ਮਾਫੀ ਕਰਦੇ ਇਹਨਾਂ ਨੂੰ ਉਹੀ ਬਹੁਤ ਵੱਡੀ ਗੱਲ ਆ ਸੋ ਇਹ ਸਨ ਜਸਪਾਲ ਸਿੰਘ ਗੜੱਦੀ ਤੁਸੀਂ ਵਿਚਾਰ ਵੀ ਸੁਣ ਲਈ ਹੋਣੇ ਸਰਕਾਰ ਭੁਲੇਖਾ ਕੱਢਦੇ ਬੀਜੇਪੀ ਸਰਕਾਰ ਜੇ ਇੱਕ ਵੀ ਸੀਟ ਦਾ ਕਿਉਂਕਿ ਇਹਨਾਂ ਦਾ ਕਹਿਣਾ ਹੈ ਵੀ ਪੰਜਾਬ ਦੇ ਲੋਕ ਪੰਜਾਬ ਦੇ ਉਹ ਪਿੰਡ ਉਹ ਪਿੰਡਾਂ ਵਿੱਚ ਰਹਿੰਦੇ ਉਹ ਲੋਕ ਜਿਨ੍ਹਾਂ ਦੇ ਜੀ ਚਲੇ ਗਏ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਕੁਰਬਾਨ ਹੋ ਗਏ ਦੇਸ਼ ਦੇ ਲਈ ਦੇਸ਼ ਦੇ ਅੰਨਦਾਤੇ ਲਈ ਉਹਨਾਂ ਦੇ ਜਿਹੜੇ ਵਹਿਣ ਨਿਕਰਾਂ ਦੇ ਵਿੱਚ ਪੈਰੇ ਬੀਜੇਪੀ ਸਰਕਾਰ ਕਦੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜਾ ਵੋਟ ਮੰਗਣ ਕੀ ਉਹਨਾਂ ਦਾ ਜਿਹੜਾ ਹੱਕ ਵੀ ਕਦੇ ਵੀ ਜਿਹੜਾ ਨਹੀਂ ਲੈ ਸਕਦੀ ਤੇ ਕਦੇ ਵੀ ਉਹਨਾਂ ਨੂੰ ਆਪਣਾ ਨਹੀਂ ਬਣਾ ਸਕਦੀ ਕਿਉਂਕਿ ਪੰਜਾਬ ਦੇ ਲੋਕ ਬੀਜੇਪੀ ਦੇ ਖਿਲਾਫ ਨੇ ਤੇ ਕਦੇ ਵੀ ਉਹ ਜਿਹੜਾ ਤਸ਼ੱਦਦ ਕਿਸਾਨਾਂ ਦੇ ਉੱਤੇ ਹੋਇਆ ਉਹ ਨਹੀਂ ਭੁੱਲਣਗੇ ਤੇ ਆਉਣ ਵਾਲੀ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਜਿਹੜਾ ਖਾਮੇ ਆਜਾ ਭੁਗਤਣਾ ਪਊਗਾ ਕਿਉਂਕਿ ਹਲੇ ਕਿਸਾਨਾਂ ਦੀਆਂ ਹੋਰ ਮੰਗਾਂ ਨੇ ਜਿਵੇਂ ਇਸਪਾਲ ਜੀ ਨੇ ਕਿਹਾ ਵੀ ਹਜੇ ਉਹ ਖੁਸ਼ੀ ਅਧੂਰੀ ਹੈ ਕਿ ਕੁਝ ਮੰਗਾਂ ਹਜੇ ਹੋਰ ਰਹਿੰਦੀਆਂ ਨੇ ਤੇ ਉਹਨਾਂ ਨੂੰ ਵੀ ਜਿਹੜੀਆਂ ਕੇਂਦਰ ਸਰਕਾਰ ਨੂੰ ਪ੍ਰਵਾਨ ਕਰਨਾ ਚਾਹੀਦਾ ਹੁਣ ਦੇਖਦੇ ਹਾਂ ਕਦੋਂ ਉਹ ਮੰਗਾਂ ਜਿਹੜੀਆਂ ਰਹਿੰਦੀਆਂ ਐ ਐਮਐਸਪੀ ਲਾਗੂ ਕਰਨ ਨੂੰ ਲੈ ਕੇ ਜਾਂ ਪਰਾਲੀ ਸਾੜਨ ਨੂੰ ਲੈ ਕੇ ਜੋ ਹੋਰ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨੇ ਉਹ ਕਦੋਂ ਪੂਰੀਆਂ ਹੁੰਦੀਆਂ ਤੇ ਕਦੋਂ ਕਿਸਾਨ ਜਿਹੜੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤਦੇ ਨੇ ਕੈਮਰਾਮੈਨ ਬਿਕਰਮ ਬਿੱਕੀ ਦੇ ਨਾਲ ਪਰਮਦੀ ਪ੍ਰਾਣਾ ਫੁੱਲ ਆਫ ਪੋਜ਼ਿਟਿਵਿਟੀ ਮਾਨਸਾ